ਮੂਸੇ ਪਿੰਡ ਜਾਣਗੇ ਇਟ ਮੀਨਸ ਇਹਨਾਂ ਦਾ ਗਾਣਾ ਆ ਰਿਹਾ। ਜਾਓ ਘਰੇ ਬੈਠੋ ਜਿਵੇਂ ਸਿੱਧੂ ਬਾਈ ਦੇ ਹੁੰਦਿਆਂ ਜਾਂਦੇ ਹੁੰਦੇ ਸੀ ਨਾ। ਸਹੀ ਗੱਲ, ਖੜ ਹੀ ਨਹੀਂ ਰਹੇ ਤੁਸੀਂ ਤਾਂ ਫਿਰ ਸਾਨੂੰ ਇਹ ਚੀਜ਼ਾਂ ਫੇਕ ਲੱਗ ਰਹੀਆਂ। ਜੇ ਸਿੱਧੂ ਬਾਈ ਨੇ ਚਾਹਣ ਵਾਲਿਆਂ ਨੇ ਤੁਹਾਨੂੰ ਉੱਪਰ ਤੱਕ ਲੈ ਕੇ ਆਉਂਦਾ ਨਾ, ਵਧੀਆ ਤੁਹਾਡਾ ਨਾਮ ਚੱਲਦਾ ਲਾਉਣ ਵਾਲੇ। ਅੱਜ ਜੋ ਕੈਮਰੇ ਤੇ ਆ ਸਿੱਧੂ ਬਾਈ ਦੀ ਫੈਮਿਲੀ ਕਹਿ ਰਹੀ ਆ ਤਾਂ ਇੰਨਾ ਚਾਸੀ ਵਿਆਹ ਦਾ ਵੀ ਮੈਨੂੰ ਕਹਿੰਦਾ ਕਿ ਤੂੰ ਸਾਹਮਣਾ ਸਾਰਾ ਮੈਨੂੰ ਉਹ ਸਾਡੀਆਂ ਕਾਪੀਆਂ ਤਾਂ ਹੋ ਸਕਦੀਆਂ ਮਿੱਠਿਆ, ਪਰ ਸਾਡੇ ਮੁਕਾਬਲੇ ਨਹੀਂ ਹੁੰਦੇ। वेलकम टू दी चैनल। जिहड़े भैण भरा नवे आए ने चैनल दे उत्ते बहुत बहुत स्वागत प्यार सत्कार दिलो। मैं तुहाडा अपना अमनदीप। मैं तुहाडा अपना जसमीर। ओके सारे ने वधिया होवोगे, कैम होवोगे ते रिएक्शन एंजॉय करदे होवोगे, कमेंटां दे विच जरूर दस्सिओ ते कमेंट करिओ। वी वांट जस्टिस एंड जस्टिस फॉर सिद्धू मूसेवाला। ट्विटर ते अकाउंट अपना ओपन करो, वध हैशटैग यूज करो, दिन दे विच 8-10 हैशटैग डेली रूटीन बना लो, शेयर करने ही करने, पोस्ट करने ही करने, ठीक है। एक आदत ही बना लो, डेली रूटीन बना लो कि ट्विटर से जो भी तुसी अपना फोन चक्या यूज कर लिया है ना हैशटैग, ताकि हैशटैग ट्रेंडिंग च आवे। सही है, कुछ नहीं पता कि हैशटैग कदों ट्रेंडिंग दे विच आ जाए, किहड़े एक बंदे दे हैशटैग यूज करन ना कदों ट्रेंडिंग च चलन लग पे, तो आप जस्टिस दे नेड़े पहुंची। सही है, तो बाकी अज्ज दा गाना सरा जी, अज्ज दा गाना तूफान। तूफान जो कि गाया लिरिक्स ते कंपोजर जैनी जौहल, म्यूजिक बाय प्रिंस सग्गू, विजुअल बाय हैगा बस सहज ओनली 14, मैं कह सहज ओनी सहज ओनली 14 ते मिक्स मास्टर बैड जंकी, ना बड़े खतरनाक ने, बड़े खतरनाक आ। ते जेड़ा आया वा ऑफिशियल यूट्यूब चैनल लाउड वेव्स, ये शायद इन्हों का अपने चैनल आ लाउड वेव्स, पहला गाना भी उतों ही आया सीगा हो सकता, जैनी जौहल का शायद अपने ही चैनल आए। तो जाके ऑफिशियल यूट्यूब चैनल ते जरूर चेक करियो गाना लाउड वेव्स। ते बाकी वाध्या वीडियो वाल स्टे ट्यून, लेट्स सी on Jenny Joel. Prince Sago Music. Jenny Joel di bari lagdi va. ਇਰਾਦੇ ਸਾਡੇ ਆ ਤੂਫਾਨ ਲਾਣੇ, ਸਾਡੇ ਆ ਤੂਫਾਨ ਵੱਢ ਖਾਣ, ਵੈਰੀਆਂ ਨੂੰ ਖੌਫ ਸਾਡੇ ਆ ਤੂਫਾਨ, ਲਾਈਫ ਦੇ ਹਾਲਾਤਾਂ ਨੂੰ ਨਾ ਜਾਣਦੇ ਆ ਟਿੱਚ, ਖੁਦ ਬਣ ਗਏ ਆ ਤੂਫਾਨਾਂ ਲਈ ਤੂਫਾਨ, ਨਹੀਂ ਲੁਕ ਤੋਂ ਹਾਂ ਆਮ ਨਹੀਂ ਸੋਚ। ਅਸੀਂ ਤੂਫਾਨ ਸਾਡੇ ਲਾਣੇ ਆ ਤੂਫਾਨ, ਮਤਲਬ ਸਾਡੀ ਫੈਮਿਲੀ, ਸਾਡਾ ਲਾਣਾ, ਜੋ ਵੀ ਪਸਤੈਨੀ ਚੱਲਦੇ ਆ ਰਹੇ ਆ ਸਾਰੇ ਇੱਕ ਤਰ੍ਹਾਂ ਗਰਮ ਤਸੀਰ ਵਾਲੀ ਆ, ਮਤਲਬ ਸਾਰੇ ਜ਼ਮੀਰ ਵਾਲੇ ਨੇ, ਠੀਕ। ਤੇ ਜਿੱਦਾਂ ਦਾ ਸਾਹਮਣੇ ਬੰਦਾ ਵਾ, ਠੀਕ ਆ, ਅਗਲਾ ਸਾਡੇ ਨਾਲ ਧੱਕਾ ਕਰ ਰਿਹਾ, ਠੀਕ ਆ, ਜਾਂ ਸਾਡੇ ਨਾਲ ਬਦਸਲੂਕੀ ਕਰ ਰਿਹਾ, ਤਾਂ ਅਸੀਂ ਵੀ ਉਦਾਂ ਦੀ ਹੋ ਗਏ ਆ, ਚੰਗਿਆਂ ਲਈ ਚੰਗੇ, ਮਾੜਿਆਂ ਲਈ ਮਾੜੇ, ਉਸ ਚੀਜ਼ ਦੀ ਗੱਲ ਹੋ ਰਹੀ ਆ, ਠੀਕ ਆ। ਆਮ ਨਾ ਹੀ ਟੈਲੈਂਟ ਤੋਂ, ਨਾ ਹੀ ਅਪਰੋਚ ਤੋਂ, ਹਾਂ ਆਮ ਤੂਫਾਨਾਂ ਕੋਲੋਂ ਡਰ ਕੇ ਤੇ ਬੈਠੇ ਨਹੀਂ ਹੋ ਕਰ, ਖੁਦ ਬਣ ਗਏ ਆ ਤੂਫਾਨਾਂ ਲਈ ਤੂਫਾਨ, ਮਾੜੇ ਦਿਨਾਂ ਨਾਲ ਆਡਾ ਲਾਇਆ ਤਾਂ ਦਿਨ ਚੰਗੇ ਆਏ ਨੇ, ਸਪੂਨ ਫੀਡ ਨਹੀਂ ਕਰਿਆ ਕਿਸੇ ਮਿਹਨਤ ਨਾਲ, ਨਾਮ ਕਮਾਏ ਨੇ ਸਿਰਾ 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 ਸਿਰਾ, ਸਪੂਨ ਫੀਡ ਨਹੀਂ ਕਰਿਆ ਮਿਹਨਤ ਨਾਲ, ਨਾਮ ਕਮਾਏ, ਚਮਚਾਗਰੀ ਨਹੀਂ ਕਰੀ ਕਦੀ, ਚਾਪਲੂਸੀ ਨਹੀਂ ਕਰੀ, ਮਿਹਨਤ ਕਰਕੇ ਅੱਗੇ ਆਏ ਆ। ਸਹੀ ਆ, ਅੱਜ ਜਿਹੜੀ ਚੇਂਜ ਹੀ ਕਿਤੇ ਰੱਖਦਾ, ਘੈਂਟ ਯਾਰ ਘੈਂਟ, ਬਹੁਤ ਤਗੜਾ ਲਿਰਿਕਸ ਆ, ਸੀਰੀਅਸਲੀ ਘੈਂਟ ਲਿਖਿਆ, ਘੈਂਟ ਤਾਂ ਖਿੱਚਣ ਵਾਲਿਆਂ ਦੇ ਮੂੰਹ ਵਾਲੇ ਵਾਂਗੂ ਖੁੱਲੇ ਨੇ, ਜੋ ਸਾਡੇ ਗੇਮ 'ਚ ਵਾਪਸ ਆਉਣ ਤੇ ਬਾਲਾ ਹੀ ਘਬਰਾਏ ਨੇ, ਕਹਿਣੋ ਤੂੰ ਵੀ ਕਿਹੜੀ ਮੇਰੀ ਅੱਖੀਆਂ ਤੂਫਾਨ, ਅਸੀਂ ਬਣੇ ਭੀੜ ਨਾਲੋਂ ਚੱਲ ਵਾਖਿਆ ਤੂਫਾਨ, ਉਹ ਕਿੰਨੇ ਗਰੁੱਪ ਐਂਟੀ ਵਰੀ ਨਾਲ ਕੰਪਦੇ ਆ ਜਦੋਂ ਦਾ ਘੈਂਟ ਕਹਿੰਦੇ, ਜਦੋਂ ਤੇ ਅਸੀਂ ਫੀਲਡ 'ਚ ਵਾਪਸ ਆਏ ਹਾਂ, ਕਈਆਂ ਦੇ ਮੂੰਹ ਅੱਡੇ ਦੇ ਅੱਡੇ ਰਹਿ ਗਏ, ਠੀਕ ਆ, ਵੀ ਵਾਪਸੀ ਕਰ ਲਈ ਤੇ ਵਾਪਸੀ ਕੀਤੀ ਬਹੁਤ ਹੀ ਖਤਰਨਾਕ ਵੇ 'ਚ, ਠੀਕ ਆ, ਕਿਉਂਕਿ ਖਤਰਨਾਕ ਵੇ 'ਚ ਇਸ ਕਰਕੇ ਕਹਿ ਸਕਦੇ ਹਾਂ, ਇੱਕ ਸਟੈਂਡ ਲੈ ਕੇ ਪ੍ਰੋਪਰ ਜ਼ਮੀਰ ਵਾਲੀ ਗੱਲ ਵਾ, ਠੀਕ ਆ, ਸਿੱਧੂ ਬਾਈ ਦੇ ਜਸਟਿਸ ਲਈ ਖੜੇ ਆ, ਬੇਵਾਕ ਬੋਲੇ, ਠੀਕ ਆ, ਜਿਵੇਂ ਸਿੱਧੂ ਬਾਈ ਕਹਿੰਦਾ ਬੇਵਾਕ ਬੋਡੀ ਲੈਂਗੁਏਜ ਜੱਟ ਦੀ, ਗੀਤਾਂ ਵਿੱਚ ਹਰ ਖੀਜਾ ਟੱਚ ਬੋਲਦਾ, ਐਵੇਂ ਤਾਂ ਨਹੀਂ ਦੁਨੀਆ ਖਿਲਾਫ ਹੋਈ ਨਹੀਂ, ਲੋੜ ਤੋਂ ਜ਼ਿਆਦੇ ਮੁੰਡਾ ਸੱਚ ਬੋਲਦਾ, ਇਹ ਤਾਂ ਗੱਲ, ਜਿਹੜਾ ਬੰਦਾ ਸੱਚ ਬੋਲਦਾ ਨਾ ਲੋੜ ਤੋਂ ਵੱਧ, ਉਹਦੇ ਪਤਾ ਹੀ ਐਂਟੀ ਚੱਲਣਾ ਹੀ ਆ, ਖਲਾਫ ਵੀ ਆਪਣੇ ਹੁੰਦੇ ਨੇ, ਹਾਂ ਕਾਲੀਆਂ ਭੇਡਾਂ ਕਹਿ ਲਓ, ਹਨਾ, ਹਾਂ ਉਹ ਚੀਜ਼, ਸਾਡੇ ਆ ਤੂਫਾਨ ਲਾਣੇ, ਸਾਡੇ ਆ ਤੂਫਾਨ ਵੱਢ ਖਾਣ, ਵੈਰੀਆਂ ਨੂੰ ਖੌਫ ਸਾਡੇ ਆ ਤੂਫਾਨ, ਤੂਫਾਨਾਂ ਕੋਲੋਂ ਡਰ ਕੇ ਤੇ ਬੈਠੇ ਨਹੀਂ ਹੋ ਕਰ, ਖੁਦ ਬਣ ਗਏ ਆ ਤੂਫਾਨਾਂ ਲਈ ਤੂਫਾਨ, ਕੈਂਡ ਵਿਜ਼ੂਅਲ ਵੀ ਕੰਮ ਕਰ, ਬੇਬਾਕ ਸੀਰੀਅਸਲੀ ਕਲਮ ਬੇਬਾਕ ਚੱਲਦੀ ਪਈ ਆ, ਬੇਬਾਕ ਕਲਮ,
ਗੱਲਾਂ ਤੂਫਾਨ ਸਾਡੀਆਂ ਮੱਲਾਂ ਤੂਫਾਨ ਮੈਂ ਨਾ ਰਲਦੀ ਕਿਸੇ ਨਾਲ ਕੱਲੀ ਚੱਲਾਂ ਤੂਫਾਨ ਕੋਲ ਬਹਿ ਕੇ ਜੈਨੀ ਤੋਂ ਲਿਖਾਈ ਜਾਂਦਾ ਗਾਣੇ ਆ ਮੁੱਕਿਆ ਨੀ ਚੱਟਾ ਸਾਡਾ ਅੱਜ ਵੀ ਤੂਫਾਨ ਅਜੇ ਮੁੱਕਿਆ ਨੀ ਦੁਬਾਰਾ ਸੁਣਦੇ ਆ ਦੁਬਾਰਾ ਸੁਣਦੇ ਆ ਲੈਨ ਉਸਤਾਦ ਜੀ ਨਾਲ ਤਾਂ ਤੱਕ ਹੀ ਪਾ ਦੇ ਜਾਵਾਂ ਸਾਡੀਆਂ ਜੜਾਂ ਚ ਬਹਿਣ ਵਾਲੇ ਹੋ ਜੜ ਤੋਂ ਤੁਹਾਨੂੰ ਖਾੜਾਂਗੇ ਸਾਡੀਆਂ ਗੱਲਾਂ ਤੂਫਾਨ ਸਾਡੀਆਂ ਮੱਲਾਂ ਤੂਫਾਨ ਮੈਂ ਨਾ ਰਲਦੀ ਕਿਸੇ ਨਾਲ ਕੱਲੀ ਚੱਲਾਂ ਤੂਫਾਨ ਕੋਲ ਬਹਿ ਕੇ ਜੈਨੀ ਤੋਂ ਲਿਖਾਈ ਜਾਂਦਾ ਗਾਣੇ ਆ ਮੁੱਕਿਆ ਨੀ ਚੱਟਾ ਸਾਡਾ ਅੱਜ ਵੀ ਤੂਫਾਨ ਸਾਡੇ ਆ ਤੂਫਾਨ ਲਾਣੇ ਸਾਡੇ ਆ ਤੂਫਾਨ ਟਿਕਾਣ ਵੈਰੀਆਂ ਨੂੰ ਖੌਫ ਸਾਡੇ ਆ ਤੂਫਾਨ ਤੂਫਾਨਾਂ ਕੋਲੋਂ ਡਰ ਕੇ ਤੇ ਬੈਠੇ ਨਹੀਂ ਹੋ ਘਰ ਪੱਤ ਬਣ ਕੇ ਆ ਤੂਫਾਨ ਕੈਂਟ ਲਿਰਿਕਸ ਯਾਰ ਮੇਰੇ ਕੋਲ ਬੈਠ ਕੇ ਮੇਰੇ ਤੋਂ ਗੀਤ ਉਹੀ ਲਿਖਾ ਰਿਹਾ ਇਸ ਟਾਈਮ ਝੋਟਾ ਅਜੇ ਮੁੱਕਿਆ ਨੀ ਸੀਰੀਅਸਲੀ ਨਹੀਂ ਬਾਈ ਮੁੱਕਿਆ ਹਜੇ ਗਾਣੇ ਆਉਣੇ ਆ ਤੇ ਰੈਕਰਡ ਟੁੱਟਣੇ ਆ ਵਹਿਮ ਵੀ ਨਿਕਲਣੇ ਆ ਬੜੇ ਲੋਕਾਂ ਦੇ ਭੁਲੇਖਾ ਪਾਲੀ ਫਿਰਦੇ ਆ ਤੇ ਜਿਹੜੇ ਆਏ ਆ ਨਾ ਕਿ ਬਾਈ ਸਿੱਧੂ ਹੁਣ ਹੈ ਨੀ ਗਾ ਬੇਬੇ ਬਾਪੂ ਦਾ ਸਿੱਧੂ ਦੇ ਹਾਲ ਚਾਲ ਵੀ ਨੀ ਪੁੱਛਣ ਜਾ ਹੋ ਰਿਹਾ ਜਿਹਨਾਂ ਤੋਂ ਖੜੋ ਖੜੋ ਕੋਈ ਚੱਕਰ ਘੜੀ ਆ ਨਾ ਸੂਈ ਘੁੰਮ ਕੇ ਦੁਬਾਰਾ ਉੱਥੇ ਹੀ ਕਰਮਾ ਕਰਮਾ ਤੇ ਬਲੀਵ ਇਨ ਕਰਮਾ ਐਵੇਂ ਨੀ ਲੋਕੀ ਕਹਿੰਦੇ ਠੀਕ ਹੈ ਲੱਗੂ ਪਤਾ ਸਮਾਂ ਸਮਾਂ ਸਮਰੱਥ ਲੱਗੂਗਾ ਫਿਰ ਉਦੋਂ ਸਿੱਧੂ ਬਾਈ ਨੂੰ ਚਾਹੁਣ ਵਾਲੇ ਜੇ ਸਿੱਧੂ ਬਾਈ ਨੇ ਚਾਹੁਣ ਵਾਲੇ ਨੇ ਤੁਹਾਨੂੰ ਉੱਪਰ ਤੱਕ ਲੈ ਕੇ ਆਉਂਦਾ ਨਾ ਵਧੀਆ ਤੁਹਾਡਾ ਨਾਮ ਚੱਲਦਾ ਲਾਉਣ ਵਾਲੇ ਵੀ ਉਹੀ ਨੇ ਠੀਕ ਸੋ ਇੱਕ ਇਹ ਚੀਜ਼ ਤਾਂ ਸੀਰੀਅਸਲੀ ਬਣਦੀ ਆ ਜੈਮੀ ਜੋਹਲ ਇੰਨਾ ਕੰਮ ਵੀ ਨਹੀਂ ਕੀਤਾ ਸਿੱਧੂ ਬਾਈ ਨੇ ਦੋ ਚਾਰ ਗਾਣੇ ਕੀਤੇ ਦੋ ਚਾਰ ਵਾਰ ਮਿਲੇ ਹੋਣੇ ਆ ਦੋ ਚਾਰ ਵਾਰ ਗੱਲ ਹੋਈ ਹੋਣੀ ਮੈਕਸੀਮਮ ਠੀਕ ਆ ਚਲੋ 10 ਵਾਰ ਲਾ ਲਓ ਯਾਰ ਠੀਕ ਆ ਜਿਹੜੀ ਸੱਚੀ ਦੁਨੀਆ 'ਚ ਭੈਣ ਬਣੀ ਹੋਈ ਬਾਈ ਬਾਈ ਜਾਂ ਚੱਕ ਫੋਟੋਆਂ ਬਾਈ ਦੀਆਂ ਫਲਾਨਾ ਕੋਈ ਨੈਗੇਟਿਵਿਟੀ ਨਹੀਂ ਕਿਸੇ ਲਈ ਠੀਕ ਆ ਕਿਸੇ ਲਈ ਬੈਡ ਮਾਊਥ ਹੀ ਨਹੀਂ ਪਰ ਗੱਲ ਹੋ ਰਹੀ ਆ ਅੱਜ ਉੱਥੇ ਕਿ ਸਭ ਕੁਝ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਪੋਸਟ ਕਰਦੇ ਪਏ ਸਭ ਕਰਦੇ ਜਸਟਿਸ ਦੀ ਆਵਾਜ਼ ਕਿਉਂ ਨਹੀਂ ਚੱਕੀ ਅਜੇ ਤੱਕ ਨਾਲੇ ਆਪ ਤੁਸੀਂ ਇੰਟਰਵਿਊ 'ਚ ਦੱਸਿਆ ਬਾਈ ਸਾਡੇ ਲਈ ਕਿੱਥੇ ਕਿੱਥੇ ਖੜਿਆ ਬੰਦਾ ਆਪਦੀ ਵਰਡਿੰਗ ਆ ਕਿ ਰਾਤੀ 2 ਵਜੇ ਫੋਨ ਕਰ ਦੇਣਾ ਬਾਈ ਨੂੰ 4 ਵਜੇ ਫੋਨ ਕਰਦੇ ਬਾਈ ਕਹਿੰਦੇ ਟੈਨਸ਼ਨ ਨਾ ਲੈ ਮੈਂ ਹੈਗਾ ਮੈਨੂੰ ਦੱਸ ਕੀ ਲੋੜ ਆ ਠੀਕ ਆ ਅੱਜ ਉਸ ਬਾਈ ਦੀ ਫਾਦਰ ਤੇ ਮਦਰ ਨੂੰ ਲੋੜ ਆ ਸਾਥ ਦੀ ਤਾਂ ਕਿੱਥੇ ਹੋ ਤੁਸੀਂ ਤੁਸੀਂ ਆਪਣੇ ਦਿਨ ਤਿਉਹਾਰ ਮਨਾਉਣ 'ਚ ਬਿਜ਼ੀ ਹੋਏ ਪਏ ਹੋ ਸਹੀ ਹੈ ਕਿ ਨਹੀਂ ਤਾਂ ਇੰਜੋਏ ਕਰ ਰਹੇ ਪੂਰਾ ਉਧਰ ਬੇਬੇ ਬਾਪੂ ਰਾਤਾਂ ਨੂੰ ਚੀਕਾਂ ਮਾਰ ਮਾਰ ਰੋ ਰਹੇ ਨੇ ਬਾਈ ਕਹਿਣਾ ਉਹਨਾਂ ਨੂੰ ਹੈ ਕਿ ਮੇਰੇ ਮੰਮੀ ਪਾਪਾ ਇਹ ਚੀਜ਼ ਨਾ ਕਹੋ ਕਹੋ ਇਹ ਚੀਜ਼ ਕਹਿ ਕੇ ਤੁਸੀਂ ਹਰਟ ਕਰਦੇ ਪਏ ਹੋ ਵੱਧ ਠੀਕ ਆ ਕਿਉਂਕਿ ਇਹ ਚੀਜ਼ ਤਾਂ ਜਦੋਂ ਕਹਿੰਦੇ ਨਾ ਕਿ ਫਿਰ ਅਗਲਾ ਕੋਈ ਵੀ ਫੈਮਿਲੀ 'ਚ ਵੱਡਾ ਹੁੰਦਾ ਨਾ ਉਹ ਅਗਲਾ ਹੀ ਸੋਚਦਾ ਕਿ ਸਾਡਾ ਇੱਕ ਮੁੰਡਾ ਬਿਮਾਰ ਪਿਆ ਦੂਜਾ ਮੁੰਡਾ ਇੰਜੋਏ ਕਰਦਾ ਫਿਰਦਾ ਸੀਰੀਅਸ ਠੀਕ ਆ ਅਸੀਂ ਇੱਕ ਦੀ ਦੇਖਭਾਲ ਕਰਦੇ ਪਏ ਦੂਜਾ ਪੁੱਛ ਹੀ ਨਹੀਂ ਰਿਹਾ ਕਿ ਸਹੀ ਸੋ ਇਹ ਚੀਜ਼ ਨਾ ਕਹੋ ਠੀਕ ਆ ਮੰਮੀ ਪਾਪਾ ਸਲਿਊਟ ਟੂ ਜੈਨੀ ਜੋਹਲ ਸਲਿਊਟ 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 ਮੈਮ ਸੀਰੀਅਸ ਬਹੁਤ ਤਕੜਾ ਲਿਖਿਆ ਬਹੁਤ ਤਕੜਾ ਗਾਇਆ ਗਟਸ ਨੇ ਬਾਈ ਗਟਸ ਦਿਆ ਗਟਸ ਕੁੜੀ ਨੇ ਪ੍ਰੂਵ ਕਰਤਾ ਕੁੜੀਆਂ ਕਹਿ ਨਾ ਘੱਟ ਨਹੀਂ ਹਾਂ ਵਾਕਈ ਕਿਉਂਕਿ ਇਹ ਗੱਲ ਮੈਂ ਤਾਂ ਕਹੀ ਜਿਹੜੀ ਭੈਣ ਵਾਲੀ ਠੀਕ ਆ ਗੱਲ ਹੋਈ ਆ ਬਾਈ ਬਾਈ ਸਟੋਰੀਆਂ ਦੇਖਦੇ ਹੀ ਸੀ ਬਾਈ ਆਪਾਂ ਸਾਰੇ ਸਨੈਪਚੈਟ 'ਚ ਜਦੋਂ ਕਿਤੇ ਬਾਈ ਇੱਕ ਵਾਰ ਮਿਲਦਾ ਸੀ ਨਾ ਇੱਕ ਵਾਰ ਮਿਲਦਾ ਸੀ ਤਾਂ ਉਹ ਇੱਕ ਵਾਰ ਮਿਲਣ ਦੀਆਂ ਹੀ 100 ਸਟੋਰੀਆਂ ਪਾਈਆਂ ਪਈਆਂ ਹੁੰਦੇ ਸਿੱਧੂ ਬਾਈ ਦੇਖ ਖੁਦ ਬੰਦੇ ਨੇ ਕਿਹਾ ਕਿ ਯਾਰ ਉਹ ਬੰਦੇ ਨੂੰ ਇੰਨਾ ਚਾਹ ਸੀ ਵਿਆਹ ਦਾ ਵੀ ਮੈਨੂੰ ਕਹਿੰਦਾ ਕਿ ਤੂੰ ਸਾਹਮਣਾ ਸਾਰਾ ਮੈਨੂੰ ਇਸ ਗੱਲ ਤੇ ਯਕੀਨ ਨਹੀਂ ਹੈਗਾ ਸਹੀ ਗੱਲ ਆ ਹੁਣ ਮੈਂ ਨਹੀਂ ਮੰਨਦਾ ਕਿਹਨੂੰ ਪੁੱਛ ਲਾਂਗੇ ਆਪਾਂ ਯਾਰ ਮੂਵੀ ਹਰ ਤੋਂ ਪੁੱਛ ਕੇ ਉਹ ਯਾਰ ਮੈਂ ਉਹੀ ਕਹ ਮੈਨੂੰ ਇਸ ਗੱਲ ਤੇ ਯਕੀਨ ਨਹੀਂ ਕਿਉਂਕਿ ਪਰ ਜੇ ਗੱਲ ਕੀਤੀ ਫਿਰ ਤਾਂ ਹੋਰ ਸ਼ਰਮ ਵਾਲੀ ਗੱਲ ਆ ਓਬਵੀਅਸਲੀ ਬੰਦਾ ਤੁਹਾਨੂੰ ਇੰਨਾ ਨੇੜੇ ਰੱਖਦਾ ਇੰਨਾ ਕਲੋਜ਼ ਰੱਖਦਾ ਇੰਨਾ ਪਰਸਨਲ ਰੱਖਦਾ ਹੀ ਤੁਸੀਂ ਫਿਰ ਵੀ ਗੱਲ ਉਹੀ ਹੈਗੀ ਨਾ ਜਿਹੜੀ ਆਪਾਂ ਦੂਜੇ ਆਰਟਿਸਟਾਂ ਦੀ ਕਰਦੇ ਆ ਨਾਲ ਹੁੰਦੇ ਸੀ ਬਾਈ 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 ਕਰਦੇ ਠੀਕ ਆ ਇਹ ਕਿਸੇ ਨੂੰ ਨਹੀਂ ਪਤਾ ਕਿ ਬਾਈ ਨਾਲ ਕੀ ਜਿਹੜੀਆਂ ਗੱਲਾਂ ਦੱਸਦੇ ਆ ਇੰਟਰਵਿਊ ਤੇ ਆਹ ਗੱਲ ਹੋਈ ਸੀ ਬਾਈ ਇੱਦਾਂ ਕਹਿੰਦੇ ਬਾਈ ਅੱਜ ਜੋ ਕੈਮਰੇ ਤੇ ਆ ਸਿੱਧੂ ਬਾਈ ਦੀ ਫੈਮਿਲੀ ਕਹਿ ਰਹੀ ਆ ਤਾਂ ਅੱਜ ਕਿਉਂ ਨਹੀਂ ਖੜੇ ਸੋ ਇਸ ਗੱਲ ਕਰਕੇ ਮੈਨੂੰ ਤਾਂ ਉਹ ਗੱਲਾਂ ਲੱਗਦੀਆਂ ਨੇ ਝੂਠੀਆਂ ਬਾਈ ਸਿੱਧੂ ਬਾਈ ਨੂੰ ਜਿਹੜੇ ਨਹੀਂ ਮਿਲੇ ਠੀਕ ਆ ਸਿੰਗਰ ਹੋ ਗਏ ਕੋਈ ਵੀ ਆਰਟਿਸਟ ਇੰਡਸਟਰੀ ਦਾ ਨਾ ਉਹ ਵੀ ਗੱਲ ਨਹੀਂ ਕਰ ਰਿਹਾ ਜਿਹੜੇ ਨਾਲ ਰਹੇ ਨੇ ਸ਼ਰਮ ਵਾਲੀ ਇਹ ਗੱਲ ਆ ਉਹਨਾਂ ਨੂੰ ਤਾਂ ਇਹ ਕਹਿ ਨਹੀਂ ਸਕਦੇ ਅਗਲਾ ਕਹੂਗਾ ਅਸੀਂ ਕਦੇ ਸੁਣਿਆ ਨਹੀਂ ਇਹ ਹੱਦੋ ਦੇ ਕਹਿ ਦੂਗਾ ਸਹੀ ਹੈ ਨਾ ਅਸੀਂ ਕਦੇ ਸੁਣਿਆ ਨਹੀਂ ਬਾਈ ਸਾਨੂੰ ਪਤਾ ਨਹੀਂ ਸਾਡੀ ਸੋਚ ਲੱਗ ਜਾਏ ਕੁਛ ਵੀ ਆ ਉਹ ਤੁਸੀਂ ਤਾਂ 24 ਘੰਟੇ ਘਰੇ ਰੱਖੜੀ ਬੰਨਣ ਸਪੈਸ਼ਲ ਅਗਲਾ ਯਾਰ ਇੱਥੋਂ ਇਹ ਪਤਾ ਚੱਲਦਾ ਸਿਰਫ ਬਾਈ ਫਾਇਦਾ ਮਤਲਬ ਠੀਕ ਆ ਇਸ ਤੋਂ ਅਸੀਂ ਐਜ਼ ਅ ਆਡੀਅੰਸ ਸਾਨੂੰ ਪਹਿਲਾਂ ਰਿਸ਼ਤਾ ਵਧੀਆ ਲੱਗਦਾ ਸੀ ਠੀਕ ਆ ਵੀ ਹਾਂ ਜੀ ਦਿਲੋਂ ਹਾਂ ਸੱਚੇ ਆ ਜਾਂ ਬਾਈ ਖੜਦਾ ਬਟ ਅੱਜ ਦੇ ਟਾਈਮ ਦੇ ਵਿੱਚ ਖੜ ਹੀ ਨਹੀਂ ਰਹੇ ਤੁਸੀਂ ਤਾਂ ਫਿਰ ਸਾਨੂੰ ਇਹ ਚੀਜ਼ਾਂ ਫੇਕ ਲੱਗ ਰਹੀਆਂ ਨੇ ਤੇ ਫੇਕ ਹੈਗੀਆਂ ਵੀ ਨੇ ਕੋਈ ਕਿਸੇ ਲਈ ਹਾਂ ਕੰਮ ਤੁਸੀਂ ਕਰਦੇ ਹੋ ਮੇਨ ਚੀਜ਼ ਇਹ ਤੁਹਾਡੀ ਫੈਨ ਫੋਲੋਇੰਗ ਠੀਕ ਆ ਤੁਹਾਨੂੰ
ਸਾਨੂੰ ਯਾਰ ਇਸ ਚੀਜ਼ ਦੇ ਸਿੱਧੂ ਬਾਈ ਦੇ ਫਾਦਰ ਨੂੰ ਵੀ ਲੋੜ ਨੀ ਠੀਕ ਆ ਨਾ ਕਿਸੇ ਨੂੰ ਲੋੜ ਆ ਨਾ ਸਿੱਧੂ ਬਾਈ ਦੇ ਚਾਹੁਣ ਵਾਲਿਆਂ ਨੂੰ ਲੋੜ ਆ ਠੀਕ ਆ ਕਿ ਵੀ ਤੁਹਾਡੀ ਫੈਨ ਫੋਲੋਇੰਗ ਹਾਲੀਵੁੱਡ ਆਪਣਾ ਬਾਲੀਵੁੱਡ ਤੱਕ ਆ ਠੀਕ ਆ ਤੇ ਤੁਹਾਨੂੰ ਬਿਗ ਬੋਸ ਕਰਕੇ ਤੁਹਾਡੀ ਆਡੀਅੰਸ ਵੱਧ ਗਈ ਬਟ ਸਹੀ ਆ ਇਸ ਚੀਜ਼ ਨਾਲ ਤੁਸੀਂ ਅਗਰ ਜਸਟਿਸ ਦੀ ਗੱਲ ਕਰੋਗੇ ਉਹਨਾਂ ਤੱਕ ਵੀ ਜਾਊਗੀ ਸਹੀ ਆ ਬਟ ਲੋੜ ਇਸ ਚੀਜ਼ ਦੀ ਆ ਕਿ ਉਹਨਾਂ ਦਾ ਜਾ ਕੇ ਹਾਲ ਚਾਲ ਪੁੱਛੋ ਫੈਮਿਲੀ ਦਾ ਜਾਓ ਘਰੇ ਬੈਠੋ ਜਿਵੇਂ ਸਿੱਧੂ ਬਾਈ ਦੇ ਹੁੰਦਿਆਂ ਜਾਂਦੇ ਹੁੰਦੇ ਸੀ ਨਾ 24-24 ਘੰਟੇ ਉੱਥੇ ਬੈਠੇ ਰਹਿਣਾ ਸਟੋਰੀਆਂ ਪਾਈ ਜਾਣੀਆਂ ਬਾਈ ਇੱਧਰ ਨੂੰ ਚਲਾ ਗਿਆ ਬਾਈ ਉੱਧਰ ਨੂੰ ਚਲਾ ਗਿਆ ਕੁਛ ਕਰੀ ਜਾਣਾ ਤਾਂ ਅੱਜ ਜਾ ਕੇ ਪੁੱਛੋ ਹਾਲ ਚਾਲ ਠੀਕ ਆ ਅੱਜ ਤੁਸੀਂ ਕਿਉਂ ਨਹੀਂ ਪਾਉਂਦੇ ਫਿਰ ਸਟੋਰੀਆਂ ਜਾਂ ਸਾਨੂੰ ਸਟੋਰੀਆਂ ਤੋਂ ਕੋਈ ਲੈਣਾ ਦੇਣਾ ਨਹੀਂ ਸਾਨੂੰ ਆਹ ਲੈਣਾ ਦੇਣਾ ਕਿ ਤੁਸੀਂ ਜਸਟਿਸ ਦੀ ਗੱਲ ਤਾਂ ਕਰੋ ਯਾਰ ਕੰਮ ਚੰਗਾ ਜਸਟਿਸ ਦੀ ਗੱਲ ਕਰੋ ਬੇਬੇ ਬਾਪੂ ਕੋਲ ਜਾ ਕੇ ਆਓ ਠੀਕ ਆ ਹੁਣ ਤੁਹਾਨੂੰ ਦੂਰ ਪੈਂਦਾ ਕੋਈ ਰੈਸਟ ਨੀ ਕੋਈ ਕੁਛ ਨੀ ਹੁਣ ਕਹਿ ਲੋ ਅਸੀਂ ਥੱਕੇ ਹੁੰਦੇ ਆ ਸਾਡੇ ਸ਼ੋਅ ਸੀਗੇ ਸਾਡੀ ਗੱਲ ਹੋ ਗਈ ਫੋਨ ਤੇ ਗੱਲ ਹੋਣਾ ਫੋਨ ਤੇ ਗੱਲ ਸਿਰਫ ਉਹ ਲੋਕ ਕਰਦੇ ਹੁੰਦੇ ਜਿਨ੍ਹਾਂ ਨੇ ਫਾਰਮੈਲਿਟੀਜ਼ ਕਰਨੀਆਂ ਹੁੰਦੀਆਂ ਅਸੀਂ ਆਪਸ ਚ ਗੱਲ ਕਰ ਦਿੰਦੇ ਆ ਇੱਕ ਚੀਜ਼ ਅਸੀਂ ਵੀ ਸਮਝ ਗਏ ਆ ਠੀਕ ਆ ਜਿੰਨੇ ਵੈਸੇ ਤਕਰੀਬਨ ਸਾਰਿਆਂ ਨੂੰ ਪਤਾ ਹੀ ਆ ਪਰ ਇਹ ਚੀਜ਼ ਨੋਟ ਕਰ ਲਓ ਜੇ ਚੀਜ਼ ਨਵੀਂ ਨਵੀਂ ਉੱਠਣ ਲੱਗੀ ਹੈ ਨਾ ਕੋਈ 4-5 ਮਹੀਨੇ ਬਾਅਦ ਹੁਣ ਉੱਠ ਕੇ ਜੇ ਸਟੇਟਸ ਪਾਉਣਗੇ ਮੂਸੇ ਪਿੰਡ ਜਾਣਗੇ ਇਟ ਮੀਨਸ ਇਹਨਾਂ ਦਾ ਗਾਣਾ ਆ ਰਿਹਾ ਓਬਵੀਅਸਲੀ ਉਹਦਾ ਪਤਾ ਹੀ ਹੈ ਕਾਮਨ ਗੱਲ ਹੋ ਗਈ ਹੈ ਬਸ ਤੁਸੀਂ ਵੀ ਇਸ ਗੱਲ ਨੋਟ ਕੀਤਾ ਹੋਣਾ ਵਾ ਠੀਕ ਆ ਜਦੋਂ ਕਿਸੇ ਦਾ ਗਾਣਾ ਆਉਣਾ ਵਾ ਜਾਂ ਕਿਸੇ ਨੇ ਮੂਵੀ ਕਰਨੀ ਹੈ ਠੀਕ ਆ ਉਦੋਂ ਮੂਸੇ ਪਿੰਡ ਜਾਣਗੇ ਕਿਉਂਕਿ ਸਿੱਧੂ ਬਾਈ ਦੇ ਫਾਦਰ ਤੇ ਮਦਰ ਨੂੰ ਦੁੱਖ ਨਹੀਂ ਸਮਝ ਰਹੇ ਉਹਨਾਂ ਦਾ ਇਹ ਉਹਨਾਂ ਨੂੰ ਇੱਕ ਆਪਣਾ ਜਿੱਦਾਂ ਸਿੱਧੂ ਬਾਈ ਨੂੰ ਪ੍ਰਮੋਸ਼ਨਸ ਲਈ ਯੂਜ਼ ਕਰਨ ਲੱਗ ਪੈਂਦੇ ਸੀ ਨਾ ਉਦਾਂ ਹੀ ਬਸ ਉਹ ਸਿਸਟਮ ਆ ਸੋ ਸਾਤ ਦੋ ਉਹ ਵਾਇਰਲ ਹੋ ਜਾਂਦੀ ਹੈ ਓਬਵੀਅਸਲੀ ਸਾਤ ਦੋ ਟਵਿੱਟਰ ਤੇ ਅਕਾਊਂਟ ਬਣਾਓ ਠੀਕ ਆ ਆਪਾਂ ਨੂੰ ਕਿਸੇ ਆਰਟਿਸਟ ਤੋਂ ਕੋਈ ਲੋੜ ਨਹੀਂ ਜਿਹਨੇ ਆਣਾ ਜੀ ਸਦ ਕੇ ਅੱਗੇ ਬਾਈ ਦੇ ਫੈਮਿਲੀ ਦਾ ਸਾਥ ਦਵੇ ਠੀਕ ਆ ਆਪਾਂ ਤਾਂ ਰਿਕੁਐਸਟ ਹੀ ਕਰ ਸਕਦੇ ਠੀਕ ਆ ਆਨਲਾਈਨ ਵੀ ਨਹੀਂ ਗੱਲਾਂ ਕਰਦੇ ਆਨਲਾਈਨ ਵੀ ਕਰ ਲੈਣੇ ਯਾਰ ਆਨਲਾਈਨ ਵੀ ਬੋਲ ਕੇ ਜਿਹੜੇ ਜਿੱਥੇ ਸ਼ੋਅ ਲੈਣਗੇ ਉੱਥੋਂ ਵੀਡੀਓਜ਼ ਪਾ ਲੈਣ ਦਿਨ ਦੇ ਵਿੱਚ ਇੱਕ ਸਟੋਰੀ ਬਣਾ ਕੇ ਹੀ ਪਾ ਲੈਣ ਠੀਕ ਆ ਤੁਹਾਡੀ ਉਹ ਸਟੋਰੀ ਯੂਟਿਊਬ ਤੇ ਇੰਨੇ ਪੇਜ ਨੇ ਵਟਸਐਪ ਆਪਣਾ ਇੰਸਟਾਗ੍ਰਾਮ ਤੇ ਇੰਨੇ ਪੇਜ ਨੇ ਉਹਨਾਂ ਨੇ ਚੱਕ ਕੇ ਫਾਰਵਰਡ ਕਰਨੀ ਆ ਠੀਕ ਆ ਅੱਗੇ ਦੀ ਅੱਗੇ ਜਾਣਗੇ ਕਿੰਨੇ ਲੋਕਾਂ ਤੱਕ ਮੈਸੇਜ ਆਊਗਾ ਬਟ ਤੁਹਾਡਾ ਪਤਾ ਨਹੀਂ ਕਿਉਂ ਨਹੀਂ ਤੁਸੀਂ ਸੋਚਦੇ ਬਾਕੀ ਆਪਸ ਗੱਲ ਕਰਦੇ ਆ ਕਿ ਯਾਰ ਜਿਵੇਂ ਆਰਟਿਸਟ ਆਉਂਦੇ ਜਾਂਦੇ ਸੀ ਘੰਟੀ ਵਾਲਾ ਬਟਨ ਨਾ ਵੀ ਦੱਬਿਓ ਕੋਈ ਚੱਕਰ ਨਹੀਂ ਅਦੀਓਸ ਅਮੀਗੋ।